ਇੱਕ ਕੰਪਿਊਟਰ ਫੰਡਾਮੈਂਟਲ ਦੀ ਪਾਰਟ ਨੰਬਰ 14 ਜਿਹੜੀ ਆ ਸੀਰੀਜ਼ ਆ ਇਸ ਦੇ ਵਿੱਚ ਆਪਾਂ ਸਿੱਖਾਂਗੇ ਕਿ ਨੋਟਪੈਡ ਕੀ ਹੁੰਦਾ ਹੈ ਤੇ ਕਿਸ ਤਰ੍ਹਾਂ ਵਰਕ ਕਰਦਾ ਹੈ ਦੇਖੋ ਹੁਣ ਜਿਹੜਾ ਨੋਟਪੈਡ ਹੁੰਦਾ ਹੈ ਇੱਕ ਟੈਕਸਟ ਐਡੀਟਰ ਐਪ ਹੁੰਦੀ ਆ ਕੰਪਿਊਟਰ ਦੇ ਵਿੱਚ ਬਾਈ ਡਿਫਾਲਟ ਜਿਹੜਾ ਇਹ ਇੰਸਟਾਲ ਹੋ ਜਾਂਦਾ ਜਦੋਂ ਆਪਾਂ ਆਪਰੇਟਿੰਗ ਸਿਸਟਮ ਜਿਹੜਾ ਇੰਸਟਾਲ ਕਰਦੇ ਹਾਂ ਕੰਪਿਊਟਰ ਦੇ ਵਿੱਚ ਤਾਂ ਉਸ ਟਾਈਮ ਇਹ ਇੰਸਟਾਲ ਹੋ ਜਾਂਦਾ ਇਸ ਨੂੰ ਅਲੱਗ ਤੋਂ ਇੰਸਟਾਲ ਕਰਨ ਦੀ ਲੋੜ ਨਹੀਂ ਪੈਂਦੀ ਸੋ ਜਿਹੜਾ ਟੈਕਸਟ ਐਡੀਟਰ ਜਾਂ ਫਿਰ ਆਪਾਂ ਕਹਿ ਸਕਦੇ ਨੋਟਪੈਡ ਜਿਹੜਾ ਹੈ ਆਪਣਾ ਇਹਦੇ ਵਿੱਚ ਆਪਾਂ ਆਪਣੇ ਨੋਟਸ ਵਗੈਰਾ ਰੱਖ ਸਕਦੇ ਹਾਂ ਕੋਈ ਵੀ ਟੈਕਸਟ ਹੋ ਸਕਦਾ ਜਿਹਨੂੰ ਆਪਾਂ ਰੱਖਣਾ ਹੋ ਸਕਦਾ ਉਸਨੂੰ ਆਪਾਂ ਜਿਹੜਾ ਇਹਦੇ ਵਿੱਚ ਰੱਖ ਸਕਦੇ ਹਾਂ ਅਤੇ ਇਹਦੇ ਵਿੱਚ ਜਿਹੜੇ ਆ ਆਪਾਂ ਇਹਦੇ ਵਿੱਚ ਕੁਛ ਕੋਡਿੰਗਸ ਕਰਕੇ ਇਸ ਟੈਕਸਟ ਐਡੀਟਰ ਜਾਂ ਨੋਟਪੈਡ ਨੂੰ ਯੂਜ਼ ਕਰਕੇ ਆਪਾਂ ਵਾਇਰਸ ਐਪਲੀਕੇਸ਼ਨ ਸੋਫਟਵੇਅਰ ਵੈਬ ਪੇਜਿਸ ਜਿਹੜੇ ਆਪਾਂ ਕ੍ਰੀਏਟ ਕਰ ਸਕਦੇ ਹਾਂ ਸੋ ਇਹ ਇੱਕ ਬਹੁਤ ਹੀ ਛੋਟਾ ਜਿਹਾ ਤਾਂ ਹੈ ਬਟ ਬਹੁਤ ਹੀ ਪਾਵਰਫੁਲ ਟੂਲ ਆ ਜਿਹਦੇ ਨਾਲ ਆਪਾਂ ਬਹੁਤ ਸਾਰੇ ਐਪਲੀਕੇਸ਼ਨ ਸੋਫਟਵੇਅਰ ਔਰ ਵੈਬ ਪੇਜਿਸ ਜਿਹੜੇ ਆ ਉਹ ਕ੍ਰੀਏਟ ਕਰ ਸਕਦੇ ਹਾਂ ਸੋ ਅੱਜ ਆਪਾਂ ਜਾਣਦੇ ਹਾਂ ਨੋਟਪੈਡ ਕੀ ਹੁੰਦਾ ਆ ਅਤੇ ਕਿਸ ਤਰ੍ਹਾਂ ਉਹ ਵਰਕ ਕਰਦਾ ਚਲੋ ਜਲਦੀ ਨਾਲ ਆਪਾਂ ਡੈਸਕਟੋਪ 'ਤੇ ਚੱਲਦੇ ਹਾਂ ਨੋਟਪੈਡ ਨੂੰ ਓਪਨ ਕਰਨ ਦੇ ਲਈ ਆਪਣੇ ਕੋਲ 3 ਤਰੀਕੇ ਨੇ ਸਭ ਤੋਂ ਪਹਿਲਾ ਤਰੀਕਾ ਹੈਗਾ ਵਿੰਡੋ ਪਲੱਸ ਆਰ ਆਪਾਂ ਕੀਬੋਰਡ ਤੋਂ ਵਿੰਡੋ ਪਲੱਸ ਆਰ ਪ੍ਰੈਸ ਕਰਾਂਗੇ ਤਾਂ ਇੱਕ ਬਾਕਸ ਓਪਨ ਹੋਵੇਗਾ ਉਹਦੇ ਵਿੱਚ ਨੋਟਪੈਡ ਟਾਈਪ ਕਰਾਂਗੇ ਅਤੇ ਐਂਟਰ ਕਰ ਦਾਂਗੇ ਸੈਕਿੰਡ ਤਰੀਕਾ ਹੈਗਾ ਕਿ ਸਰਚ ਬਟਨ ਉੱਤੇ ਤੁਸੀਂ ਆਪਣੀ ਕਲਿੱਕ ਕਰਨਾ ਉਹਦੇ ਵਿੱਚ ਤੁਸੀਂ ਨੋਟਪੈਡ ਟਾਈਪ ਕਰਨਾ ਐਂਡ ਐਂਟਰ ਕਰ ਦੇਣਾ ਤਾਂ ਵੀ ਆਪਣਾ ਨੋਟਪੈਡ ਓਪਨ ਹੋ ਜਾਵੇਗਾ ਇੱਕ ਥਰਡ ਤਰੀਕਾ ਇਹ ਆ ਕਿ ਸਟਾਰਟ ਬਟਨ 'ਤੇ ਜਾ ਕੇ ਆਪਾਂ ਆਲ ਪ੍ਰੋਗਰਾਮਸ ਦੇ ਵਿੱਚ ਜਾਣਾ ਉਸ ਤੋਂ ਬਾਅਦ ਵਿੰਡੋ ਐਕਸੈਸਰੀਜ਼ ਦੇ ਵਿੱਚ ਜਾਣਾ ਇਹਦੇ ਵਿੱਚ ਸਾਰੀਆਂ ਵਿੰਡੋ ਦੀਆਂ ਜਿੰਨੀਆਂ ਵੀ ਐਕਸੈਸਰੀਜ਼ ਆ ਸਾਰੀਆਂ ਓਪਨ ਹੋ ਜਾਣਗੀਆਂ ਇਹਦੇ ਵਿੱਚ ਆਪਾਂ ਨੋਟਪੈਡ ਦੇ ਉੱਤੇ ਕਲਿੱਕ ਕਰਨਾ ਅਤੇ ਉਸਨੂੰ ਓਪਨ ਕਰ ਲੈਣਾ ਹੁਣ ਸਭ ਤੋਂ ਉੱਪਰ ਹੈਗੀ ਆ ਟਾਈਟਲ ਬਾਰ ਦੇਖੋ ਇਹਨੂੰ ਆਪਾਂ ਮੂਵ ਕਰ ਸਕਦੇ ਹਾਂ ਟਾਈਟਲ ਬਾਰ ਨੂੰ ਪਕੜ ਕੇ ਕਿਤੇ ਵੀ ਆਪਾਂ ਸਕਰੀਨ ਦੇ ਉੱਤੇ ਮੂਵ ਕਰ ਸਕਦੇ ਹਾਂ ਸੋ ਦੇਖੋ ਟਾਈਟਲ ਬਾਰ ਦਾ ਨਾਮ ਦਿੱਤਾ ਹੋਇਆ ਅਨਟਾਈਟਲਡ ਮਤਲਬ ਕਿ ਹਜੇ ਕੋਈ ਨਾਮ ਨਹੀਂ ਦਿੱਤਾ ਗਿਆ ਬਾਈ ਡਿਫਾਲਟ ਇਹਦਾ ਨਾਮ ਅਨਟਾਈਟਲਡ ਹੁੰਦਾ ਆ ਸੋ ਇਹ ਹੁੰਦਾ ਆ ਮਿਨੀਮਾਈਜ਼ ਮੈਕਸੀਮਾਈਜ਼ ਐਂਡ ਕਲੋਜ਼ ਬਟਨ ਅਗਰ ਮੈਂ ਮਿਨੀਮਾਈਜ਼ ਦੇ ਉੱਤੇ ਕਲਿੱਕ ਕਰਦੀ ਹਾਂ ਤਾਂ ਇਹ ਵਿੰਡੋ ਜਿਹੜੀ ਆ ਮਿਨੀਮਾਈਜ਼ ਹੋ ਜਾਂਦੀ ਆ ਬਟ ਕਲੋਜ਼ ਨਹੀਂ ਹੁੰਦੀ ਹੈਗੀ ਨੀਚੇ ਚਲੇ ਜਾਂਦੀ ਆ ਅਤੇ ਜਦੋਂ ਮੈਂ ਇਹ 'ਤੇ ਮੈਕਸੀਮਾਈਜ਼ ਬਟਨ ਦੇ ਉੱਤੇ ਕਲਿੱਕ ਕਰਦੀ ਹਾਂ ਤਾਂ ਵਿੰਡੋ ਵੱਡੀ ਹੋ ਜਾਂਦੀ ਆ ਕਲੋਜ਼ ਨਹੀਂ ਹੁੰਦੀ ਸਗੋਂ ਵੱਡੀ ਹੋ ਜਾਂਦੀ ਆ ਜੇ ਮੈਂ ਕਲੋਜ਼ ਬਟਨ 'ਤੇ ਕਲਿੱਕ ਕਰਾਂਗੀ ਤਾਂ ਇਹ ਵਿੰਡੋ ਨੂੰ ਕਲੋਜ਼ ਕਰ ਦੇਵੇਗਾ ਮਤਲਬ ਕਿ ਆਪਣਾ ਨੋਟਪੈਡ ਕਲੋਜ਼ ਹੋ ਜਾਵੇਗਾ ਸੋ ਸਭ ਤੋਂ ਪਹਿਲਾਂ ਆਪਾਂ ਫਾਈਲ ਬਟਨ ਦੇ ਮੈਨਿਊਸ ਬਾਰੇ ਪੜ੍ਹ ਲੈਂਦੇ ਹਾਂ ਸਭ ਤੋਂ ਪਹਿਲਾਂ ਦੇਖੋ ਨਿਊ ਬਟਨ ਆ ਅਗਰ ਮੈਂ ਨਿਊ ਦੇ ਉੱਤੇ ਕਲਿੱਕ ਕੀਤਾ ਤਾਂ ਨਿਊ ਫਾਈਲ ਜਿਹੜੀ ਆ ਓਪਨ ਹੋਵੇਗੀ ਅਗਰ ਮੈਂ ਓਪਨ ਦੇ ਉੱਤੇ ਕਲਿੱਕ ਕਰਦੀ ਹਾਂ ਤਾਂ ਫਿਰ ਮੇਰੇ ਕੋਈ ਹੋਰ ਫਾਈਲ ਜਿਹੜੀ ਸੇਵ ਕੀਤੀ ਹੋਈ ਆ ਆਲਰੇਡੀ ਨੋਟਪੈਡ ਦੇ ਵਿੱਚ ਉਹਨੂੰ ਮੈਂ ਓਪਨ ਕਰਨਾ ਤਾਂ ਮੈਂ ਓਪਨ ਦੇ ਉੱਤੇ ਕਲਿੱਕ ਕਰਕੇ ਉਹ ਫਾਈਲ ਓਪਨ ਕਰ ਸਕਦੀ ਹਾਂ ਥਰਡ ਹੈਗਾ ਸੇਵ ਹੁਣ ਸੇਵ ਕਰਨ ਦੇ ਲਈ ਕੁਛ ਮੈਨੂੰ ਟਾਈਪ ਕਰਨਾ ਪੈਣਾ ਮੈਂ ਦੇਖੋ ਸਭ ਤੋਂ ਪਹਿਲਾਂ ਇਹਦੇ ਵਿੱਚ ਕੁਛ ਟਾਈਪ ਕਰ ਲਿਆ ਆ ਅਤੇ ਹੁਣ ਇਸਨੂੰ ਮੈਂ ਸੇਵ ਕਰਾਂਗੀ ਸੇਵ ਬਟਨ ਦੇ ਉੱਤੇ ਕਲਿੱਕ ਕਰਾਂਗੀ ਫਾਈਲ 'ਚ ਜਾ ਕੇ ਜਦੋਂ ਮੈਂ ਕਲਿੱਕ ਕੀਤਾ ਦੈਨ ਫਿਰ ਮੇਰੇ ਕੋਲ ਇੱਕ ਬਾਕਸ ਓਪਨ ਹੋਇਆ ਦੈਨ ਮੈਂ ਡਾਊਨਲੋਡ ਵਿੱਚ ਮੰਨ ਲਓ ਮੈਂ ਸੇਵ ਕੀਤਾ ਮੈਂ ਇੱਥੇ ਇਹਦਾ ਨਾਮ ਦਿੱਤਾ ਬੇਸਿਕਸ ਬੇਸਿਕ ਇਹਦਾ ਨਾਮ ਦੇ ਕੇ ਡੋਟ ਟੀ ਐਕਸ ਟੀ ਇਹਦੀ ਐਕਸਟੈਂਸ਼ਨ ਨੋਟਪੈਡ ਦੀ ਹੁੰਦੀ ਆ ਟੀ ਐਕਸ ਟੀ ਇਹ ਹਮੇਸ਼ਾ ਯਾਦ ਰੱਖਣਾ ਇਹਦੀ ਐਕਸਟੈਂਸ਼ਨ ਟੀ ਐਕਸ ਟੀ ਹੁੰਦੀ ਆ ਔਰ ਮੈਨੂੰ ਸੇਵ ਕਰ ਦਿੱਤਾ ਸੋ ਇਹ ਮੇਰਾ ਹੁਣ ਹੋ ਗਿਆ ਸੇਵ ਬੇਸਿਕ ਦੇ ਨਾਮ ਤੋਂ ਉੱਪਰ ਦੇਖੋ ਬੇਸਿਕ ਲਿਖ ਕੇ ਆ ਗਿਆ ਆ ਹੁਣ ਮੈਂ ਇਸ ਨੂੰ ਨਾਮ ਜਿਹੜਾ ਆ ਚੇਂਜ ਕਰਨਾ ਚਾਹੁੰਦੀ ਦੈਨ ਮੈਂ ਚੇਂਜ ਕਿੱਦਾਂ ਕਰ ਸਕਦੀ ਅਗਰ ਮੈਂ ਸੇਵ ਐਜ਼ ਬਟਨ ਦੇ ਉੱਤੇ ਕਲਿੱਕ ਕਰਾਂਗੀ ਹੁਣ ਸੇਵ ਐਜ਼ ਬਟਨ ਦੇ ਉੱਤੇ ਕਲਿੱਕ ਕਰਕੇ ਮੈਂ ਨਾਮ ਲਿਖਿਆ ਬੇਸਿਕ ਕੰਪਿਊਟਰਸ ਹੁਣ ਮੈਂ ਸੇਵ ਕੀਤਾ ਦੇਖੋ ਹੁਣ ਉੱਪਰ ਨਾਮ ਚੇਂਜ ਹੋ ਚੁੱਕਾ ਟਾਈਟਲ ਦੇ ਵਿੱਚ ਬੇਸਿਕ ਕੰਪਿਊਟਰਸ ਮਤਲਬ ਸੇਵ ਦੇ ਨਾਲ ਸੇਵ ਕਰ ਸਕਦੇ ਸੇਵ ਐਜ਼ ਨਾ ਆਪਾਂ ਨੇਮ ਐਂਡ ਲੋਕੇਸ਼ਨ ਚੇਂਜ ਕਰ ਸਕਦੀ ਨੈਕਸਟ ਹੈਗਾ ਆਪਣੇ ਕੋਲ ਪੇਜ ਸੈਟਅਪ ਦੇਖੋ ਇਹਦੇ ਸਾਈਜ਼ ਲੈ ਲੈਂਦੇ ਹਾਂ ਪਹਿਲਾਂ A4 ਪੇਜ ਜਿਹੜਾ ਆ ਆਪਣਾ ਜ਼ਿਆਦਾਤਰ ਬਾਈ ਡਿਫਾਲਟ ਆਪਣੇ ਕੋਲ ਹੁੰਦੇ ਆ ਸੋ ਮੈਂ E4 ਹੀ ਲੈ ਲੈਂਦੀ ਹਾਂ ਸੋ ਨੈਕਸਟ ਹੈਗੀ ਓਰੀਐਂਟੇਸ਼ਨ ਓਰੀਐਂਟੇਸ਼ਨ ਦੇ ਵਿੱਚ ਅਗਰ ਮੈਂ ਪੋਰਟਰੇਟ 'ਤੇ ਕਲਿੱਕ ਕਰਦੀ ਹਾਂ ਦੈਨ ਇਹ ਲੰਬਾ ਹੁੰਦਾ ਪੇਜ ਅਗਰ ਮੈਂ ਲੈਂਡਸਕੇਪ 'ਤੇ ਕਲਿੱਕ ਕਰਦੀ ਹਾਂ ਤਾਂ ਇਹ ਥੋੜ੍ਹਾ ਚੌੜਾ ਹੋਵੇਗਾ ਪੇਜ ਸੋ ਮਾਰਜਨ ਕੀ ਹੁੰਦਾ ਆ ਨੈਕਸਟ ਹੈਗਾ ਆਪਣੇ ਕੋਲ ਮਾਰਜਨ ਮਾਰਜਨ ਦੇ ਵਿੱਚ ਦੇਖੋ ਆ ਜਿਹੜੇ ਸਾਈਡਾਂ ਦੇ ਉੱਤੇ ਸਪੇਸ ਹੁੰਦੀ ਆ ਵਾਈਟ ਕਲਰ ਦਾ ਪੇਜ ਸਾਈਡ 'ਤੇ ਦਿਸ ਰਿਹਾ ਆ ਇਹ ਹੁੰਦਾ ਆਪਣਾ ਮਾਰਜਨ ਸੋ ਦੇਖੋ ਲੈਫਟ ਸਾਈਡ ਤੋਂ 0.5 ਆ ਐਂਡ ਰਾਈਟ ਸਾਈਡ ਤੋਂ 1 ਦਿੱਤਾ ਹੋਇਆ ਆ ਸੋ 0.5 ਮਤਲਬ ਘੱਟ ਆ ਇੱਧਰੋਂ ਆਪਾਂ ਨੂੰ ਘੱਟ ਸਪੇਸ ਦਿਸ ਰਹੀ ਆ ਸੋ ਇਹੀ ਹੁੰਦਾ ਆਪਣਾ ਮਾਰਜਨ ਫਿਲਹਾਲ ਮੈਨੂੰ ਕੈਂਸਲ ਕਰ ਦਿੰਦੀ ਹਾਂ ਓਕੇ ਕਰ ਆਪਾਂ ਨੈਕਸਟ ਕਰਦੇ ਹਾਂ ਪ੍ਰਿੰਟ ਦੇ ਵਿੱਚ ਪ੍ਰਿੰਟਰ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਆਪਣੀ ਪ੍ਰਿੰਟਰ ਨੂੰ ਸਿਲੈਕਟ ਕਰਨਾ ਹੁੰਦਾ ਆ
फिर उस तो बाद आपा पेज सैटअप दे वेच देखो, इत्थे आपा पेज दी रेंज दसनी हुंदी वी केड़े पेज नूं आपा सिलेक्ट करना। फिलहाल अपने को एक ही पेज आ, सो इस करके आपा इत्थे एक दे उत्ते ही क्लिक करांगे। सो नैक्सट हैगा अपने को एग्जिट, मतलब कि क्लोज बटन दी तरह ही एग्जिट बटन हुंदा आ। नैक्सट हैगा अपने को एडिट बटन। एडिट बटन दे विच सब तो पहला देखो आपा अंडू बारे जान लैंदे आ। हुण देखो, मान लो कि मैं इत्थे जिहड़ा आ आ स्पेस जिहड़ी आ हटा दित्ती। हुण मैं जदों अंडू दे उत्ते क्लिक करूँगी जां फिर कंट्रोल जेड कीबोर्ड तो प्रेस करूँगी, दैन देखो ये स्पेस वापस फिर आ गई आ। मतलब एक हटी हुई चीज़ नूं दोबारा वापस लियाउण लई आपां अंडू करते हैं। सो ए अंडू का परपज़ आ। सो मैं इतने अगर ए की थान पर द लिख दिनी हाँ, हूँ उस तो बाद मैं अंडू कर दी हाँ। जो मैं अंडू किया तो दोबारा वापस फिर ए आ गया, जो पहला लिखा सी वापस आ गया। सो यही परपज़ हों अंडू का। सो नैक्सट आप देख लेंगे कि कट का परपज़ की हों। इन शॉर्ट फॉर्म्स भी नाल जरूर याद रखना। मान लो मैं कंप्यूटर नूं सिलेक्ट किया और मैं कट के उत्ते क्लिक किया, कंट्रोल प्लस एक्स यदि जी शॉर्टकट की होंगी आ। हम देखो मैं कंट्रोल के उत्ते मैं दोबारा इनू जोड़ा आ पेस्ट करना आ। हूँ मैं ये जो कंप्यूटर कित लिखा से कितने होर इनू जोड़ा आ रखना चाहती हाँ, मैं इतने जाके इनू पेस्ट कर लिया। देखो कट उत्थों होया से दूसरी फस्ट लाइन के मैं इनू जाके पेस्ट कर लिया, उत्थे भी इनू मैं दोबारा पेस्ट कर सकती हाँ। मतलब कट पेस्ट ए हुंदी है टेक्निक, पेस्ट कर दी जिहड़ी शॉर्ट फॉर्म हुंदी आ कंट्रोल प्लस वी हुंदी आ। सो इस तरह जिहड़ा आपां कर सकदे। इस तरह हुण मैं इसनूं सिलेक्ट करके कॉपी कर लिया। हुण देखो कॉपी किते होए नूं की आ, वह उत्थे भी रहेगा तो दूसरी जगह भी चले जाएगा। हुण मैं पेस्ट कर दी आ इसनूं, देखो इंट्रोडक्शन कंप्यूटर उपर भी लिखा होया तो नीचे भी। कट दे नाल की हुंदा सी कि वो एक जगह तो कट हो जाता सी ते दूसरी जगह हो जाता सी, बट कॉपी दे नाल वो दूसरी जगह भी हो जाता है। सो नैक्सट हैगा फाइंड। हुण फाइंड बटन का मतलब कि लभना हुंदा है ना। सब तो पहला आपां इहदे विच मान लो लिख दिता और, हुण मैं फाइंड नैक्सट के उत्ते जदों क्लिक करांगी देखो जिथे भी और लिखा होया है उन्हें मैनू उत्थे शो कर दिता और। देखो और दे उत्ते चले गया। अगर मैं दोबारा फाइंड दे उत्ते और नैक्सट दे उत्ते किया दैन फिर उन्हें मैनू और दे उत्ते क्लिक करके दे दिता। सो ये हुंदा है फाइंड बटन का काम। सो नैक्सट आप देख लेंगे फाइंड नैक्सट। देखो हम फाइंड नैक्सट के उत्ते जो मैं सिलेक्ट पहला ऑलरेडी किया हुआ से उही उन्हें कर दिता कि और उन्हें शो कर दिता। नैक्सट है अपने को रीप्लेस। हम मान लो कि मैं इतने सपोज करो कि मैं इतने टाइप कर दें कंप्यूटर, कंप्यूटर मैं टाइप कर दी हाँ। सो नैक्सट जे कंप्यूटर मैं रिप्लेस करना आ लैपटॉप के नाल, जिथे जिथे भी कंप्यूटर लिखा उत्थे उत्थे लैपटॉप लिखो जाए। मैं रिप्लेस ऑल दे उत्ते क्लिक करांगी, देखो जिथे जिथे कंप्यूटर लिखा होया सी उत्थे उत्थे लैपटॉप लिख हो गया आ। सो ये हुंदा रिप्लेस बटन का काम जदों अपने कोल फाइल बहुत बड़ी हुंदी आ। गो टू का काम की है जो काफ़ी फाइल लेंथी होंगी आप किसी लाइन के जाना, मैं मान लो फोर लाइन क्लिक की दैन वो फोर्थ लाइन के देखो मेरा कर्सर ऑटोमैटिकली चले गया। सो इस तरह आप जिहड़ा काम ईजी कर सकते हैं। सिलेक्ट ऑल का मतलब कि सारा टैक्सट जिहड़ा सिलेक्ट हो जाएगा। सो इस तरह अपना जिहड़ा ये काम करता है एडिट का। सो नैक्सट आप जो देखिए तो ये देखो हुण मैं ये की कम आप टाइम एंड डेट जी इंसर्ट कर सकते। देखो मैं इतने टाइम एंड डेट जी अपनी इंसर्ट कर ली आ। इस तरह हम देखो फॉरमैट देखो ये देखो लाइन काफ़ी लंबी है, अपन स्क्रॉल करके दूसरी साइड नू जाना पै रहा है। सो आप अगर फॉरमैट के वर्ड रैप के उत्ते क्लिक करते हैं दैन जी वह एक साइड के उत्ते ही सारा आ जाएगा, चाहे स्क्रीन बड़ी हो चाहे छोटी हो। इस तरह आप अगर फॉन्ट चेंज करने हैं इसते तो इतों आप फॉन्ट चेंज कर सकते हैं। मान लो कि मैं इतों जो टाइम्स न्यू रोमन सिलेक्ट कर लिया, बोल्ड यदा सिलेक्ट कर लिया एंड 18 साइज सिलेक्ट कर लिया। उस तो बाद देखो ये थोड़ा बड़ा हो गया, सारा कुछ बोल्ड हो चुका है तो टाइम्स न्यू रोमन यदा फॉन्ट सिलेक्ट हो चुका है। सो इसी तरह आप ये फॉन्ट्स जोड़े अलग अलग सिलेक्ट कर सकते। व्यू स्टेटस बार, मतलब अगर स्टेटस बार आप दिखाना चाहते दैन स्टेटस बार ती क्लिक करना ये ओपन हो जाएगा। हैल्प दे विच आप अगर नोटपैड के बारे कुछ नहीं समझ लग रहा दैन आप हैल्प दे विच जाके हैल्प ले सकते हैं। सो ये हुंदा है अपना नोटपैड, सिंपल सी सब तो बेसिक सीगा ये कंप्यूटर्स के। सो आपां नैक्सट टॉपिक देखांगे MS पेंट दे बारे, MS पेंट दे बारे जानांगे। सो चैनल नूं सबसक्राइब जरूर करना, नाली बैल बटन दे आइकन ते जरूर क्लिक करना ते पूरी वीडियो देखने लई बहुत बहुत धन्यवाद। थैंक यू सो मच।